ਹੈਲੋ ਦੋਸਤੋ, ਕੀ ਹਾਲ ਚਾਲ ਆ। ਸਵਾਗਤ ਹੈ ਇੱਕ ਹੋਰ ਫਨੀ ਗੇਮ ਪਲੇ 'ਚ। ਆ ਖੜਾ ਚੱਲ ਬੜਾ ਲੋ ਵੀ ਭੈਣ ਦਿਆ ਵੀ ਰਾਮ, ਮੈਨੂੰ ਇੰਟਰੋ ਦਾ ਕਰ ਲੈਂਦੇ, ਤੂੰ ਪਹਿਲਾਂ ਹੀ ਆ ਗਿਆ ਮੈਂ ਪੁੜੇ ਕਟਾਉਣ ਨੂੰ। ਚਲੋ ਕੋਈ ਚੱਕਰ ਨਹੀਂ, ਜਿਹੜਾ ਇਹਨੇ ਨੋਕ ਕੀਤਾ ਉਹਨੂੰ ਮਾਰਦੇ ਹਾਂ। ਇੱਧਰ ਲੈ, ਇੱਥੇ ਤਾਂ ਭੈਣ ਦੀ ਸਰੀਕ ਕੋਈ ਵੀ ਨਹੀਂ ਹੈਗਾ। ਇਹ ਸਾਲੇ ਨੂੰ ਲੱਗਦਾ ਕੋਈ ਚੂਰ ਨਹੀਂ ਗਾਇਸ, ਭੂਤ ਦਿਸ ਵੀ ਹੋਣੀ ਭੈਣ ਦੇ ਲੱਕੜ ਨੂੰ। ਚਲੋ ਕੋਈ ਚੱਕਰ ਨਹੀਂ, ਹੁਣ ਆਪਾਂ ਚੱਲਦੇ ਹਾਂ ਗਾਇਸ ਪਾਣੀ ਜੀ ਦੇ ਵਿੱਚ ਦੀ ਉੱਪਰ। ਆ ਸਿੱਟਦੇ ਹਾਂ ਥੁੱਕ ਅਤੇ ਮਾਰ ਮਾਰ ਕੇ ਬੰਦਿਆਂ ਦੀ ਕਾਲੀ ਕਰ ਦਾਂਗੇ, ਜਿੱਦਾਂ ਹੁੰਦੀ ਕਾਲੀ ਕਾਲੀ ਲੁੱਕ। ਭੈਣ ਦੀ ਸਰੀ, ਮੈਨੂੰ ਲੱਗਦਾ ਪਿਆ ਇਸ ਛੱਤ ਜੀ ਦੇ ਉੱਪਰ ਬੰਦਾ ਵਾ। ਉਹ ਭੈਣ ਦੀ ਸਰੀ, ਇਹ ਤਾਂ ਆਪਣੇ ਜੱਸ ਦਾ ਕੋਈ ਪੇਲਮ ਪਲਈਆ ਕਰ ਗਿਆ। ਆਹ ਦੇਖੋ ਗਾਇਸ, ਸਾਹਮਣੇ ਆ ਸਾਲੇ ਦੋ ਲੌਂਡੇ ਜਿਨ੍ਹਾਂ ਨੇ ਆਪਣੇ ਜੱਸ ਦਾ ਟੁਆ ਘੁੱਟਿਆ। ਚਲੋ ਕੋਈ ਨਾ ਪੁੱਤ, ਆ ਜਾਓ ਬੰਬ ਨਾਲ ਹੀ ਤੁਹਾਡੀ ਪਾੜ ਕੇ ਲਫਾਫਾ ਬਣਾਉਣਾ। ਇਹ ਆ ਦੇਖੋ, ਉਹ ਭੈਣ ਦੀ ਸਰੀ, ਇਹ ਤਾਂ ਬਚ ਗਏ। ਹਾਂ, ਲੇਕਿਨ ਅਬ ਤੂੰ ਨਹੀਂ ਬਚੇਗਾ। ਅਬੇ ਮਾਰ ਸਾਲੇ ਕੀ ਗੰਡੀਆ ਪੇ ਗੋਲੀ। ਲੈ ਇਹ ਸਾਲਾ ਆਪਦੇ ਨਾਲ ਦੇ ਨੂੰ ਕਹਿਣ ਡਿਆ। ਚਲ ਕੋਈ ਨਾ, ਭੇਜ ਆਪਦੇ ਨਾਲ ਦੇ ਨੂੰ, ਇਹਦੀ ਵੀ ਲਾਲ ਕਰਾਂਗਾ। ਆਹ ਦੇਖੋ ਸਿੱਟਿਆ ਆਪਾਂ ਬੰਬ। ਉਹ ਭੈਣ ਦੀ ਸਰੀ, ਇਹ ਤਾਂ ਆਪਾਂ ਹੋਰ ਹੀ ਪਾਣੀ ਵਾਲਾ ਪਕਾਨਾ ਜਾਂ ਸਿੱਟ ਬੈਠੇ ਹਾਂ। ਚਲੋ ਕੋਈ ਚੱਕਰ ਨਹੀਂ ਗਾਇਸ, ਆਪਾਂ ਇਧਰਲੀ ਸਾਈਡ ਤੇ ਆਣ ਕੇ ਇਹਦਾ ਆਪਾਂ ਗੂੰ ਕੱਢਾਂਗੇ। ਅੱਛਾ, ਤੂੰ ਗੂੰ ਨਿਕਾਲੇਗਾ ਮੇਰਾ? ਅਬੇ ਸਾਲੇ, ਮੈਂ ਤੁਹਾਡੀ ਗੂੰ ਨਿਕਾਲਣ ਵਾਲੀ ਨਿਕਾਲ ਦੂੰਗਾ, ਔਰ ਉਸਮੇ ਜੇ ਬੰਦੂਕ ਕੀ ਨਾਲੀ ਘੁਸੇੜ ਦੂੰਗਾ। ਹਟ ਜਾ ਫਿਰ ਸਾਲਿਆ, ਪਿਓ ਦਾ ਚੱਲ ਵੀ ਉਹ ਤੇਰੀ ਨੂੰ। ਹਾਂ ਅਬ ਬੋਲ, ਘੁਸੇੜ ਦੂ ਪਿਛਵਾੜੇ ਮੇ ਬੰਦੂਕ ਕੀ ਨਾਲੀ। ਓਏ ਨਾ 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 ਯਾਰ ਨਾ, ਸ਼ੁਕਰ ਹੈ ਰੱਬ ਦਾ, ਮੈਂ ਤਾਂ ਡਰ ਗਿਆ ਸੀ ਕਿਤੇ ਸਾਲਾ ਸੱਚੀ ਨਾ ਘੁਸੇੜ ਦੇਵੇ। ਲਓ ਵੀ ਗਾਇਸ, ਆਪਾਂ ਆ ਗਏ ਆ ਫਿਰ ਤੋਂ ਉੱਥੇ ਹੀ ਵੰਜ ਲੈਣ, ਮਤਲਬ ਸੋਰੀ ਰਿਵੈਂਜ ਲੈਣ। ਤੋ ਦੇਖੋ ਗਾਇਸ, ਆਪਾਂ ਉੱਤਰ ਜਾਂਦੇ ਆ ਥੱਲੇ। ਮੈਨੂੰ ਲੱਗਦਾ ਉਹ ਬੰਦਾ ਇੱਥੇ ਹੀ ਆ, ਉਹ ਦੇਖੋ ਸਾਹਮਣੇ ਵਾਲੀ ਸਾਈਡ ਤੇ ਹੀ ਆ। ਅਬੇ ਯਾਰ, ਅਬ ਤੂੰ ਫਿਰ ਆ ਗਿਆ, ਲੱਗਦਾ ਤੁਝੇ ਪਹਿਲੇ ਸੰਤੁਸ਼ਟੀ ਨਹੀਂ ਮਿਲੀ। ਕੋਈ ਬਾਤ ਨਹੀਂ, ਅਬ ਜ਼ਰੂਰ ਮਿਲੇਗੀ। ਖੜ ਜਾ ਫਿਰ ਸਾਲਾ, ਚਲੋ ਵੀ ਉਹ ਤੇਰੀ ਸੈਨ ਨੂੰ ਲੈ ਗਿਆ ਲੱਕੋ। ਅਬ ਸ਼ਿਪਕੂ ਰਾਇ ਹੈ ਬਾਹਰ ਤੋਂ ਨਿਕਲ। ਅਬ ਸਾਲੇ ਜੇ ਬੰਦੂਕ ਕੀ ਨਾਲੀ ਤੁਹਾਰੇ ਪਿਛਵਾੜੇ ਮੈਂ ਪੂਰੀ ਅੰਦਰ ਤੱਕ ਘੁਸੇੜੂਗਾ, ਔਰ ਉਸਕੇ ਬਾਅਦ ਗੋਲ ਗੋਲ ਘੁਮਾਊਗਾ ਮੈਂ। ਖੜ ਜਾ ਫਿਰ ਸਾਲਿਆ, ਚੱਲੋ ਵੀ ਤੂੰ ਭੈਣ ਦੀ ਸਰੀ, ਤੈਨੂੰ ਡਰ ਖੋਫ ਨਾਂ ਦੀ ਚੀਜ਼ ਹੀ ਹੈ ਨਹੀਂ। ਭੈਣ ਦੀ ਸਰੀ, ਇੱਕ ਦੱਸ, ਤੂੰ ਸੰਗ ਨਾਲ ਲਵਾਈ ਫਿਰਨਾ ਤੇ ਇੱਕ ਮੇਰਾ ਬੰਦਾ ਨਹੀਂ ਆਇਆ ਹਜੇ ਤੱਕ ਕੋਈ ਵੀ ਅੰਨੀ ਦਾ ਜਵਾਬ। ਲੈ ਭਾਈ ਆ ਗਿਆ ਮੈਂ, ਦੱਸ ਕਿੱਥੇ ਹੈ ਬੰਦਾ? ਅੱਛਾ ਅੱਛਾ ਆ ਗਿਆ ਤੂੰ, ਬੰਦਾ ਦੱਸਾਂ ਤੈਨੂੰ ਕਿੱਥੇ ਹੈ। ਐਂ ਕਰ, ਆ ਬੰਦਾ ਮੇਰੇ ਕੱਛੇ 'ਚੋਂ ਕੱਢ ਲੈ। ਭੈਣ ਦਿਆ ਵੀਰਾ, ਜਦੋਂ ਤੈਨੂੰ ਆਵਾਜ਼ ਮਾਰੀ ਉਦੋਂ ਤੂੰ ਆਇਆ ਨਹੀਂ, ਹੁਣ ਦੱਸ ਤੂੰ ਇੱਥੇ ਥਣ ਫੜਨਾ ਹੈ। ਚੱਲ ਕੋਈ ਨਹੀਂ, ਹੋਰ ਬੰਦੇ ਲੱਭਣੇ ਆ ਜਾ ਨਾਲ। ਦੇਖੋ ਗਾਇਸ, ਸਾਹਮਣੇ ਵਾਲੀ ਸਾਈਡ ਤੇ ਬੰਦਾ ਵਾ, ਆਪਣਾ ਇੱਕ ਨੰਬਰ ਜਾਊਗਾ। ਥੁੱਕ ਜੀ ਸਿੱਟ ਕੇ ਆਪਾਂ ਵੀ ਸਿੱਟਦੇ ਆ ਬੰਬ, ਇਹਦੇ ਨਾਲ ਇਹਦੇ ਪੁੜੇ ਜਾਣਗੇ ਕੰਮ। ਦੇਖੋ ਆਪਣੇ ਇੱਕ ਨੰਬਰ ਨੇ ਨੱਪ ਲਿਆ। ਉਹ ਭੈਣ ਦੀ ਸਰੀ, ਉਹਦਾ ਆਪਣੇ ਇੱਕ ਨੰਬਰ ਨੂੰ ਨੱਪ ਲਿਆ ਸੀ। ਜੇ ਮੈਂ ਨਾ ਗੋਲੀ ਗੱਪਾ ਚਲਾਉਂਦਾ ਤਾਂ ਆਪਣੇ ਬੰਦੇ ਦਾ ਅਗਲੇ ਨੇ ਗੂੰ ਕੱਢ ਜਾਣਾ ਸੀ। ਚਲੋ ਕੋਈ ਚੱਕਰ ਨਹੀਂ, ਹੁਣ ਇਦਾਂ ਕਰਦੇ ਆ ਆਪਾਂ ਆਪਣੇ ਬੰਦੇ ਨੂੰ ਗਰੀਸ ਕਰਨੇ ਆ ਗਾਇਸ। ਗਰੀਸ ਕਰਨ ਤੋਂ ਬਾਅਦ 'ਚ ਆਪਾਂ ਜਾਵਾਂਗੇ ਥੱਲੇ, ਥੱਲੇ ਤਰਸ਼ੂਲ ਲੁੱਟਾਂਗੇ। ਚਲੋ ਵੀ ਚੱਲਦੇ ਆ ਥੱਲੇ ਤਰਸ਼ੂਲ ਪੁੱਟਣ। ਲਓ ਵੀ ਮਾਰੀ ਆਪਾਂ ਛਾਲ। ਉਹ ਭੈਣ ਦੀ ਸਰੀ, ਆ ਕਿਨੇ ਆਪਣੀ ਕਰਤੀ ਲਾਲ। ਭੈਣ ਦੇ ਵੀਰ ਦਾ ਲੱਗਦਾ ਧਿਆਨ ਆਪਣੇ ਵੱਲ ਨਹੀਂ ਸੀ। ਚਲੋ ਕੋਈ ਚੱਕਰ ਨਹੀਂ, ਆ ਜਾ ਇੱਕ ਨੰਬਰ ਬਚਾ ਮੈਨੂੰ। ਭੈਣ ਦਿਆ ਵੀਰਾ, ਕਿੱਥੇ ਮਰ ਗਏ? ਆ ਜਾ ਜਲਦੀ ਆ ਜਾ। ਓਏ ਆ ਗਿਆ ਬਈ, ਆ ਗਿਆ, ਕਿਉਂ ਡਰਨਾ? ਮੇਰੇ ਹੁੰਦਿਆਂ ਤੈਨੂੰ ਕੋਈ ਨਹੀਂ ਮਾਰ ਸਕਦਾ, ਇਹਦੇ ਲਈ ਭਾਵੇਂ ਮੈਨੂੰ ਆਪਣੀ ਗਾਂਡ, ਮਤਲਬ ਜਾਨ ਵੀ ਕਿਉਂ ਨਾ ਦੇਣੀ ਪਵੇ। ਉਹ ਪਤਾ ਮੈਨੂੰ ਤੂੰ ਕਿੰਨੀ ਕੁ ਦਿਨ ਹੈ, ਮਤਲਬ ਜਾਨ। ਜਲਦੀ ਕਰ, ਗੱਲਾਂ ਘੱਟ ਮਾਰ, ਰਿਵਾਈਵ ਕਰ। ਮੈਨੂੰ ਲੱਗਦਾ ਭੈਣ ਦਾ ਵੀਰ ਆ ਗਈ। ਆ ਵੇਖ, ਭੈਣ ਦਾ ਵੀਰ ਆ ਗਈ, ਜਲਦੀ ਕਰ ਰਿਵਾਈਵ ਕਰ, ਮਾਰ ਸਾਲੇ ਨੂੰ। ਆਪਣੇ ਬੰਦੇ ਕੋ ਬੋਲ ਰਹਾ ਮਾਰ, ਕਿਆ ਹੁਆ, ਤੁਹਾਰੀ ਫਟ ਕੇ ਫਲਾਵਰ ਹੋ ਚੁੱਕੀ ਹੈ ਕਿਆ? ਚਲੋ ਕੋਈ ਬਾਤ ਨਹੀਂ, ਅਬ ਤੁਹਾਰੇ ਬੰਦੇ ਕੀ ਵੀ ਹੋ ਗਈ। ਚਲ ਬੇਟਾ, ਅਬੇ ਤੇਰੀ। ਹੁਣ ਦੱਸ ਭੈਣ ਦਿਆ, ਲੱਕੜ ਬਗਿਆ ਫਟ ਕੇ ਫਲਾਵਰ ਕਿਹਦੀ ਹੋਈ ਏ? ਭੈਣ ਦੀ ਸਰੀ, ਸਾਨੂੰ ਤੂੰ ਐਵੇਂ ਸਮਝਾਈ ਵੀ ਭੈਣ ਚੋ ਅਸੀਂ ਯੂਟਿਊਬਰ ਐਵੇਂ ਆ। ਯੂਟਿਊਬਰ ਵੀ ਸਾਲੇ ਪਿਓ ਦਾ ਕਿਸੇ ਸ਼ੈ ਦਾ ਨਾਂ ਏ, ਉਹ ਸ਼ੈ ਦਾ ਨਾਮ ਰੂਪ ਗੇਮਿੰਗ PB29 ਹੈ, ਠੀਕ ਹੈ ਨਾ? ਤਾਂ ਦੇਖੋ ਭਾਈ, ਇੱਧਰਲੀ ਸਾਈਡ ਵੀ ਇੱਕ ਬੰਦਾ ਵਾ, ਭੈਣ ਦਾ ਵੀਰ ਇਹਦਾ ਹੀ ਸਾਥੀ ਹੈ। ਇਹਦੀ ਵੀ ਸਾਲੇ ਦੀ ਅੱਗ ਨਾਲ ਸਾੜ ਕੇ ਸਵਾਹ ਕਰਾਂਗੇ। ਆਹ ਦੇਖੋ, ਭੈਣ ਦਾ ਵੀਰ ਭੱਜ ਗਿਆ ਬੈਗ ਨੂੰ।
ਚਲੋ ਕੋਈ ਚੱਕਰ ਨਹੀਂ, ਇਸ ਸਾਲ ਨੂੰ ਲੱਭ ਲੱਭ ਕੇ ਪਹਿਲਾਂਗੇ ਭੈਣ ਦੇਵੀ ਨੂੰ, ਪਹਿਲਾਂ ਰੀਕੋ ਲੈ ਲਈਏ ਗਾਇਜ, ਇਹ ਨਾ ਹੋਵੇ ਆਪਣਾ ਨਿਬੇੜਾ ਨਿਬੇੜ ਦੇਵੇ ਬਾਅਦ 'ਚ ਆਪਾਂ ਵੇਖੀਏ ਤਾਂ ਠਾਂ। ਚਲੋ ਕੋਈ ਨਾ ਗਾਇਜ, ਇੱਥੇ ਕਿਤੇ ਬੰਦਾ ਵਾ, ਲਓ ਵੀ ਗਾਇਜ ਬੰਦਾ ਭੱਜਦਾ ਭਜਾਉਂਦਾ ਆ ਗਿਆ ਵਾ ਸਭ ਤੋਂ ਉੱਪਰ, ਲਓ ਵੀ ਆਪਾਂ ਵੀ ਸਿੱਟ ਦਿੱਤੀ ਹੈ ਥੁੱਕ ਅਤੇ ਇਹਦਾ ਪਿਛਵਾੜਾ ਕੰਧਾ 'ਚ ਮਾਰਾਂਗੇ ਚੁੱਕ ਚੁੱਕ। ਲਓ ਵੀ ਗਾਇਜ ਆਪਾਂ ਆ ਗਏ ਹਾਂ, ਦੇਖਦੇ ਹਾਂ ਕਿੱਥੇ ਹੈ ਭੈਣ ਦਾ ਵੀਰ, ਆਹ ਦੇਖੋ ਔਰ ਜਾ ਭੈਣ ਦਾ ਵੀਰ, ਉਹ ਤੇਰੀ ਸਿਆਣ ਨੂੰ ਜਾ ਭੈਣ ਦਾ ਵੀਰ ਮੈਨੂੰ ਹੀ ਲੱਕੋ ਲੈ ਗਿਆ, ਲੈ ਵੀ ਇੱਕ ਨੰਬਰ ਆ ਭੈਣ ਦੇ ਵੀਰ ਨੂੰ ਪੇਲ ਦੇ, ਆ ਇੱਥੇ ਜਾ ਸਾਲਾ, ਆਵੇ ਆਵੇ ਨਾਲ ਖੜਾ ਹੀ ਕੰਧ ਜੀ ਦੇ, ਉਹ ਭਰਾਵਾ ਕਰਦੇ ਰਸ਼ ਕੀ ਕਿਹਨੂੰ ਵੇਣਾ, ਉਹ ਵੇਖੋ ਭੈਣ ਦਾ ਵੀਰ ਅੱਗੋਂ ਵੀ ਇੱਕ ਪਤਾ ਹੀ ਲੱਗਦਾ ਪਿਆ ਵਾ, ਫਿਰ ਉਹ ਕੋਈ ਚੱਕਰ ਨਹੀਂ ਆਪਣਾ ਇੱਕ ਨੰਬਰ ਕਰੂਗਾ ਕੁਝ ਤੂਫਾਨੀ। ਉਹ ਭੈਣ ਦੀ ਸ੍ਰੀ ਆਹ ਕੀ ਹੋ ਗਿਆ, ਇਹ ਤਾਂ ਸਾਲਾ ਉਹੀ ਗੱਲ ਹੋ ਗਈ ਕਿ ਜਦੋਂ ਸ਼ਿਕਾਰ ਆਇਆ ਕੁੱਤੀ ਨੂੰ ਪਿਸ਼ਾਬ ਆ ਗਿਆ, ਉਹੀ ਗੱਲ ਭੈਣ ਦੀ ਜੀ, ਹੁਣ ਮੇਰੇ ਬਚਨ ਦੇ ਦੇਣ ਸੀ ਇਹ ਭੈਣ ਦਾ ਵੀਰ ਮੇਰੇ ਮਗਰ ਲੱਗਾ ਫਿਰਦਾ ਵਾ। ਚੱਲ ਵੀ ਭੈਣ ਦਾ ਵੀਰਾ ਮੇਰਾ ਲੱਗਦਾ ਭੋਗ ਪੈ ਗਿਆ ਯਾਰ, ਚੱਲ ਖੁਦਾ ਹਾਫਿਸ, ਜਿਉਂਦੇ ਰਹੇ ਤਾਂ ਮਿਲਾਂਗੇ ਲੱਖ ਵਾਰੀ, ਮਰ ਗਏ ਦੇ ਦਿਲੋਂ ਭੁਲਾਵੀ ਨਾ। ਗਾਇਸ ਯਾਰ ਸਾਹਮਣੇ ਵਾਲੀ ਸਾਈਡ 'ਤੇ ਬੰਦੇ ਹੈ ਜਿਹੜੇ ਕਿ ਆਪਦੇ ਸੱਤ ਚਿਕਣ ਵਾਲਾ ਟਾਰਗੇਟ ਜਾਂ ਪੂਰਾ ਕਰਨ ਆਇਆ, ਇਹਨਾਂ ਦਾ ਟਾਰਗੇਟ ਪੂਰਾ ਆਪਾਂ ਹੋਣ ਨਹੀਂ ਦੇਣਾ, ਕਿਉਂਕਿ ਨਾ ਤਾਂ ਆਪਾਂ ਖੇਡਣਾ ਅਤੇ ਨਾ ਹੀ ਖੇਡਣ ਦੇਣਾ। ਦੇਖੋ ਸਾਲੇ ਬੱਤਖ ਨਹੀਂ ਲੈ ਕੇ ਆ ਗਏ ਨੇ, ਚਲੋ ਕੋਈ ਚੱਕਰ ਨਹੀਂ, ਇਹਨਾਂ ਦੀ ਬੱਤਖ ਦੇ ਨਾਲ ਨਾਲ ਇਹਨਾਂ ਦਾ ਵੀ ਘੁੱਗਾ ਚਿੱਤ ਕਰਾਂਗੇ। ਲਓ ਵੀ ਗਾਇਸ ਪਰਲੀ ਸਾਈਡ ਲੱਗਦਾ ਇਹਨਾਂ ਦੀ ਬੱਤਖ ਨੂੰ ਤਾਂ ਪੇਲਤਾ, ਹੁਣ ਇਹਨਾਂ ਦੀ ਵੀ ਵਾਰੀ ਹੈ, ਚਲੋ ਸਿੱਟਦੇ ਆਪਾਂ ਪਾਣੀ ਵਾਲਾ ਗੁਬਾਰਾ ਜਾਂ ਅਤੇ ਫਿਰ ਇਹਨਾਂ ਦੀ ਗਿੱਲੀ ਕਰ ਕਰਕੇ ਕੁੱਟਾਂਗੇ। ਲਓ ਵੀ ਗਾਇਸ ਉਹ ਭੈਣ ਦੀ ਸ਼੍ਰੀ ਦਾ ਆਪਣੇ ਜਸ ਦੀ ਕੋਟਤੀ, ਚਲੋ ਕੋਈ ਚੱਕਰ ਨਹੀਂ ਜਸ, ਡਰਨਾ ਬਾਈ ਤੇਰਾ ਤੇਰੇ ਨਾਲ ਹੈ, ਕਿੱਥੇ ਬੰਦੇ ਬਾਈ ਬੰਦੇ ਬੁੰਦੇ ਛੱਡ ਯਾਰ, ਇੱਧਰ ਆਣ ਕੇ ਚੁੰਮਾ ਚਾਟੀ ਕਰ, ਮਤਲਬ ਗਰੀਸ ਕਰ, ਭੈਣ ਦੀ ਸ਼੍ਰੀ ਮੇਰੇ ਸੰਗ ਨਾਲ ਲੱਗੇ ਪਏ ਨੇ ਤੇ ਤੈਨੂੰ ਬੰਦਿਆਂ ਦੀ ਪਈ ਏ। ਰੁਕ ਜਾ ਕਰਨਿਆਂ ਗਰੀਸ, ਭੈਣ ਦਿਆ ਵੀਰਾ ਬੰਦਿਆਂ ਦੀ ਪੈਣੀ ਨਹੀਂ, ਤੇਰਾ ਅਗਲਿਆਂ ਨੇ ਕਚੂੰਬਰ ਕੱਢਤਾ, ਇਹ ਨਾ ਹੋਵੇ ਇੱਥੇ ਕੋਈ ਹੋਰ ਆਵੇ ਸਾਨੂੰ ਵੀ ਪੇਲਮ ਪਲੀਆ ਕਰ ਜੇ। ਚੱਲ ਕੋਈ ਗੱਲ ਨਹੀਂ, ਤੈਨੂੰ ਹੁਣ ਗਰੀਸ ਹੋ ਜਾਣਾ ਅਤੇ ਹੁਣ ਨਾ ਤੂੰ ਕੋਡਾ ਮੋੜ ਆਨ ਕਰੀ। ਲਓ ਵੀ ਗਾਇਸ ਇੱਧਰਲੀ ਸਾਈਡ ਆ, ਪਤਾ ਨਹੀਂ ਕਿਹੜਾ ਕਿਸ਼ਤੀ 'ਚ ਹੀ ਲੈ ਜਾਂਦਾ ਵਾ। ਚੱਲ ਬੇਟਾ ਲਓ ਵੀ ਭੈਣ ਦਿਆ ਵੀਰਾ, ਲਓ ਵੀ ਹੈੱਡ ਠੋਕਾ, ਲੈ ਇਹਦਾ ਬੰਦਾ ਕੋਡਾ ਕਰ ਸੁੱਟਿਆ ਗਿਆ, ਆਪਾਂ ਮੰਨਦੇ ਫਿਰ ਆਪਦੇ ਭਰਾ ਦੇ ਏਮ ਅਸਿਸਟ ਨੂੰ, ਬਾਈ ਤੁਹਾਡਾ ਪੂਰਾ ਅਰਜੁਨ ਹੈ, ਅੱਖਾਂ ਬੰਦ ਕਰਕੇ ਵੀ ਆਪਾਂ ਗੋਲੀ ਚਲਾ ਸਕਦੇ ਹਾਂ ਪਰ ਆਪਾਂ ਚਲਾਉਣੀ ਨਹੀਂ, ਇਹ ਨਾ ਹੋਵੇ ਆਪਾਂ ਆਪਦੇ ਬੰਦਿਆਂ ਦੇ ਪੁੜਿਆਂ 'ਤੇ ਸਿੱਟ ਪਈਏ, ਤਾਂ ਕਰਕੇ ਨਹੀਂ ਚਲਾਉਣੀ ਗਾਇਸ। ਚਲੋ ਕੋਈ ਚੱਕਰ ਨਹੀਂ, ਹੁਣ ਆਪਾਂ ਥੋੜ੍ਹੀ ਬਹੁਤੀ ਲੂਟ ਕਰਕੇ ਜਾਵਾਂਗੇ, ਆ ਬੱਤਖ ਜੀ ਲੈ ਕੇ ਆ ਜਾਓ ਵੀ ਮੁੰਡਿਓ, ਕਿਹੜਾ ਮੇਰੇ ਨਾਲ ਜਾਣਾ ਚਾਹੁੰਦਾ, ਲੈ ਜਸ ਤੂੰ ਜਾਵੇਂਗਾ, ਭੈਣ ਦਿਆ ਵੀਰਾ ਐਂ ਨਾ ਹੋਵੇ ਫਿਰ ਤੂੰ ਉੱਥੇ ਜਾ ਕੇ ਕੋਡਾ ਮੋੜ ਆਨ ਕਰ ਲਈ। ਲੈ ਸਾਹਮਣੇ ਵਾਲੀ ਸਾਈਡ ਤੋਂ ਵੀ ਬੱਤਖ ਜੀ ਆ ਗਏ, ਮਾਮਾ ਮਾਰ ਗੋਲੀ ਭੈਣ ਦਿਆ ਵੀਰਾ, ਉਹ ਗੋਲੀ ਗੋਲੀ ਚਲਾ ਦੇ, ਆਪਾਂ ਗੋਲੀ ਚਲਾਉਣ ਵੀ ਰੱਖਿਆ। ਹਾਂ ਬਸ ਸ਼ੁਗਰ ਏ ਰੱਬ ਦਾ ਭੈਣ ਜੀ, ਇੱਕ ਸੁਣਦਾ ਵੀ ਤੂੰ ਲੇਟ ਹੀ ਹੈ ਮਾਮਾ, ਉਹ ਭੈਣ ਦੀ ਸ੍ਰੀ ਅੱਗੋਂ ਵੀ ਮਾਰਦੇ ਪਏ ਨੇ, ਬਸ ਕੋਈ ਚੱਕਰ ਨਹੀਂ ਉਹਨਾਂ ਦੀ ਫੜ ਚੱਲੀ ਹੈ, ਮਤਲਬ ਬੱਤਖ ਫੜ ਚੱਲੀ ਹੈ, ਮਾਰੀ ਚੱਲ ਭੈਣ ਦਿਆ ਵੀਰਾ, ਵਾਹ 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 ਕਿਆ ਬਾਤ ਹੈ, ਸਿਰਾ ਕਰਾਤਾ ਹੀ ਮੁੰਡਿਆ, ਛੱਡੀ ਚੱਲਣੇ ਵਾ ਗੋਲੀਆਂ, ਉਹ ਮਾਮਾ ਹੋਰ ਗੰਨ ਫੜ ਲੈ ਮਾਰ, ਬਹੁਤ ਵਧੀਆ ਮੁੰਡਿਆ ਤੂੰ ਸਿਰਾ ਕਰਾਤਾ, ਇੱਕ ਅੱਧਾ ਕਰ ਦੇ ਤੂੰ ਕੋਡਾ। ਲਓ ਵੀ ਭੈਣ ਦੀ ਸ੍ਰੀ ਆਪਾਂ ਹੁਣ ਛਾਲ ਮਾਰ ਜਾਂਦੇ ਹਾਂ ਆਪਣੇ, ਲੱਗਦਾ ਜਸ ਨੂੰ ਕਰਨਗੇ ਜ਼ਰੂਰ ਕੋਡਾ, ਆਹ ਦੇਖੋ ਇੱਕ ਆਪਾਂ ਕਰਤਾ, ਉਹ ਭੈਣ ਦੀ ਸ੍ਰੀ ਉਹਨਾਂ ਨੇ ਵੀ ਆਪਣੇ ਜਸ ਨੂੰ ਕਰਤਾ। ਚਲੋ ਕੋਈ ਚੱਕਰ ਨਹੀਂ, ਆਪਾਂ ਬੱਤਖ ਜੀ ਲੈ ਕੇ ਥੋੜ੍ਹਾ ਸੈਰ ਜੀ ਦੇ ਹੋ ਜਾਈਏ, ਇਹ ਨਾ ਹੋਵੇ ਜਸ ਦਾ ਤਾਂ ਕੋਡਾ ਮੋੜ ਆਨ ਕੀਤਾ, ਇਹ ਨਾ ਹੋਵੇ ਆਪਣਾ ਵੀ ਕੋਡਾ ਮੋੜ ਆਨ ਕਰ ਦੇਣ, ਬਾਅਦ 'ਚ ਆਪਾਂ ਵੀ ਹੱਥ ਲਾ ਵੇਖੀਏ। ਲਓ ਗਾਇਸ ਇੱਕ ਦਾ ਭੋਗ ਪੈ ਗਿਆ ਅਤੇ ਦੂਜੇ ਦਾ ਲੱਗਦਾ ਆਪਣੇ ਬੰਦੇ ਨੇ ਪਾ ਦਿੱਤਾ ਵਾ, ਚਲੋ ਲਓ ਵੀ ਇਹਦਾ ਮਿਸ਼ਨ ਆਪਣਾ ਸਕਸੈਸਫੁੱਲ ਕੀ ਹੁੰਦਾ, ਸਕਸੈਸਫੁੱਲ ਹੋ ਗਿਆ ਵਾ। ਅਤੇ ਆਹ ਦੇਖੋ ਗਾਇਸ ਇੱਕ ਹੋਰ ਕੋਡਾ ਜਿਹਾ ਹੋਇਆ ਫਿਰਦਾ ਸੀ, ਅਜੇ ਇਹਨਾਂ ਦਾ ਆਪਾਂ ਭੋਗ ਪਾ ਦਿੱਤਾ ਵਾ ਅਤੇ ਹੁਣ ਆਪਾਂ ਇੱਥੋਂ ਥੋੜ੍ਹੀ ਬਹੁਤ ਲੂਟ ਲਾਟ ਕਰਕੇ ਇੱਥੋਂ ਆਪਾਂ ਕਲਟੀ ਮਾਰਾਂਗੇ ਗਾਇਸ, ਕਿਉਂਕਿ ਜੋਨ ਵੀ ਬਹੁਤ ਆਪਾਂ ਨੂੰ ਖਾਂਦਾ ਪਿਆ ਵਾ। ਅਤੇ ਦੇਖੋ ਗਾਇਸ ਆਪਣੇ ਇੱਕ ਨੰਬਰ ਨੇ ਕੱਛੀ 'ਚੋਂ ਮੱਛੀ ਕੱਢ ਲਈ ਹੈ, ਇਹ ਜੋਨ 'ਚ ਜਾਣ ਲਈ ਬਹੁਤ ਮਦਦ ਕਰਦੀ ਹੈ ਆਪਣੀ। ਲਓ ਵੀ ਗਾਇਸ ਆਪਾਂ ਜੋਨ ਦੇ ਵਿੱਚ ਪਹੁੰਚ ਗਏ ਹਾਂ,
ਤੇ ਬੈਕ ਸਾਈਡ ਤੋਂ ਵੀ ਇੱਕ ਬੰਦਾ ਆ ਰਿਹਾ ਵਾ। ਚਲੋ ਆਪਾਂ ਚੱਲਦੇ ਹਾਂ ਗੱਡੀ ਲੈ ਕੇ, ਉਹਦਾ ਵੀ ਆਪਾਂ ਕਚੂੰਬਰ ਕੱਢਾਂਗੇ। ਚੱਲ ਵੀ ਮੁੰਡਿਆ ਪਾ ਉਡਮਾ ਗੇਰ ਤੇ ਇਹਨਾਂ ਨੂੰ ਆਪਾਂ ਝੁਰਲੂ ਦਿੰਦੇ ਹਾਂ ਫਿਰ। ਤੇ ਲਓ ਵੀ ਗਾਇਸ ਆਪਾਂ ਗੱਡੀ ਲੈ ਕੇ ਚੱਲਦੇ ਹਾਂ। ਦੇਖੋ ਮੈਨੂੰ ਲੱਗਦਾ ਸਾਹਮਣੇ ਗੱਡੀ ਜੇ ਵਿੱਚ ਵੜ ਲੱਗਾ ਵਾ। ਚਲੋ ਵੀ ਮੁੰਡਿਓ ਚੱਲਾ ਦਿਓ ਗੋਲੀਆਂ। ਓ ਤੇਰੀ ਮੇਰ ਆਪਣਾ ਹੀ ਬੰਦਾ ਇੱਕ ਲੱਥ ਗਿਆ। ਅਬੇ ਸਾਲੋ ਅਭੀ ਤੋ ਮੈਨੇ ਏਕ ਕੋ ਪਹਿਲਾ, ਅਭੀ ਤੋ ਤੁਮ ਤੀਨੋ ਕੋ ਪਹਿਲਾ ਬਾਕੀ ਹੈ। ਤੁਮ ਆਏ ਹੋ ਨਾ ਮੁਝੇ ਦੇਖ ਕਰ ਅਕੇਲਾ, ਅਭੀ ਤੁਮ ਸਭ ਕੋ ਦਿਖਾਉਂਗਾ ਮੈਂ ਕੇਲਾ। ਚਲ ਸਾਲਿਆ ਹੋ ਫਿਰ ਟਾਈਮ ਨਾਲ ਵੇਲਾ। ਭੈਣ ਦਿਆ ਵੀਰਾ ਜਿੱਦਾਂ ਹੀ ਵੇਖੇ ਨਹੀਂ ਹੁੰਦਾ ਕੇਲਾ, ਮਤਲਬ ਕੇਲਾ ਕਹਿਣ ਡਿਆ ਵਿਖਾਊਂਗਾ ਵੀ ਸਾਡੇ ਕੋਲ ਖੁਦ ਕੋਲ ਹੈਗਾ। ਤੋ ਦੇਖੋ ਗਾਇਸ ਹੁਣ ਆਪਾਂ ਆ ਗਏ ਸ਼ਟਰ ਜੇ ਦੇ ਉੱਪਰ, ਸਾਹਮਣੇ ਵਾਲੀ ਸਾਈਡ ਤੇ ਆ ਬੰਦਾ। ਦੇਖੋ ਚੱਲ ਬੇਟਾ ਲੋਬੀ, ਇਹ ਭੈਣ ਦਾ ਵੀਰ ਪਤਾ ਨਹੀਂ ਗਾਇਸ ਕਿਨੂੰ ਵੱਟੇ ਮਾਰਨ ਡਿਆ ਸੀ। ਚਲੋ ਕੋਈ ਚੱਕਰ ਨਹੀਂ, ਇਹਦਾ ਤਾਂ ਆਪਾਂ ਕਚੂੰਬਰ ਕੱਢ ਦਿੱਤਾ ਵਾ, ਤੇ ਸਾਹਮਣੇ ਵਾਲੀ ਸਾਈਡ ਤੋਂ ਵੀ ਆਪਾਂ ਨੂੰ ਕੋਈ ਗੋਲੀਆਂ ਮਾਰ ਰਿਹਾ। ਚਲੋ ਕੋਈ ਚੱਕਰ ਨਹੀਂ, ਦੇਖੋ ਆਪਣਾ 4 ਨੰਬਰ ਚਲਾ ਗਿਆ ਵਾ ਵਾਵਰੋਲਾ ਜਾਂ ਬਣ ਕੇ, ਤੇ ਆਪਾਂ ਵੀ ਚੱਲਦੇ ਹਾਂ ਗਾਇਸ ਵਾਵਰੋਲਾ ਜਾਂ ਬਣ ਕੇ। ਪਰ ਸਾਲਾ ਬਣਨਾ ਕਿਵੇਂ ਹੈ ਲੈ ਇਹ ਤਾਂ ਸਾਲਾ, ਅੱਛਾ ਇੱਦਾਂ। ਲਓ ਵੀ ਗਾਇਸ ਹੁਣ ਆਪਾਂ ਬਣ ਗਏ ਵਾਵਰੋਲਾ, ਤੇ ਦੇਖੋ ਇਹਨਾਂ ਦਾ ਕਰਾਂਗੇ ਪੁੜਾ ਹੋਲਾ। ਚਲੋ ਚੱਲਦੇ ਹਾਂ ਗਾਇਸ, ਦੇਖ ਆਪਣਾ 4 ਨੰਬਰ ਵੀ ਉਹਨਾਂ ਨੂੰ ਲੱਗਦਾ ਘਬਰਾਹਟ ਕਰਵਾਈ ਫਿਰਦਾ, ਤੇ ਆਪਾਂ ਲਓ ਵੀ ਆਪਣੇ 1 ਨੰਬਰ ਨੇ ਤਾਂ ਇੱਕ ਬੰਦਾ ਕੋਡਾ ਕਰਦਾ। ਚਲੋ ਵੀ ਆਪਾਂ ਥੱਲੇ ਚੱਲਦੇ ਹਾਂ, ਆਪਾਂ ਫਾਇਦਾ ਚੱਕਾਂਗੇ। ਆਹ ਦੇਖੋ ਗਾਇਸ ਸਾਹਮਣੇ, ਹਾਂ ਹਾਂ ਦੇਖੋ ਦੇਖੋ ਸਾਹਮਣੇ ਪੁੱਤ, ਆ ਐਡਾ ਮੋਟਾ ਕੰਬਲ ਜਾਂ ਮੈਂ ਗਰਮੀ ਦੇ ਵਿੱਚ ਐਵੇਂ ਨਹੀਂ ਲਿਆ, ਔਰ ਤਾਂ ਤੁਹਾਡੀ ਕੰਬਲ ਕੋਟ ਕਰਨ ਨੂੰ ਹੀ ਲਿਆ ਮੈਂ ਕੰਬਲ। ਆ ਜਾਓ ਹੁਣ, ਹਟ ਜਾ ਫਿਰ, ਤੇਰੀ ਇਸੇ ਨਾਲ ਹੀ ਕੰਬਲ ਕੋਟ ਕਰਨਾ। ਚੱਲ ਲੋਬੀ ਬਾਈ, ਨਾ ਯਾਰ ਮੇਰੀ ਨਾ ਕੰਬਲ ਕੋਟ ਕਰਿਓ, ਮੈਂ ਤਾਂ ਤੁਹਾਨੂੰ ਕੁਛ ਕਿਹਾ ਵੀ ਨਹੀਂ ਯਾਰ, ਬਖਸ਼ ਦਿਓ ਮੈਨੂੰ। ਚੱਲ ਲੋਬੀ ਭੈਣ ਦਿਆ ਵੀਰਾ ਬਖਸ਼ ਦੇ, ਤੈਨੂੰ ਬਖਸ਼ਣ ਨੂੰ ਤੂੰ ਦੱਸ ਸਾਡੀ ਭੂਆ ਦਾ ਮੁੰਡਾ ਹੈ। ਲਓ ਗਾਇਸ ਇਹਦਾ ਤਾਂ ਢੂਆ ਕੁੱਟ ਗਿਆ ਆਪਾਂ ਦੂਰਾ ਕਰਤਾ, ਮੇਰੇ ਖਿਆਲ 'ਚ ਇੱਥੇ ਕੋਈ ਵੀ ਨਹੀਂ ਰਹਿ ਗਿਆ ਆਪਣੇ ਤੋਂ ਬਿਨਾਂ। ਚਲੋ ਕੋਈ ਚੱਕਰ ਨਹੀਂ, ਚੱਲਦੇ ਉੱਪਰ। ਉਹ ਭੈਣ ਸ੍ਰੀ ਉੱਪਰ ਵੀ ਹੈ ਬਾਈ, ਉੱਪਰ ਤਾਂ ਹੈਗੇ ਆ ਪਰ ਯਾਰ ਅਸੀਂ ਤਾਂ ਤੁਹਾਨੂੰ ਕੁਛ ਕਿਹਾ ਵੀ ਨਹੀਂ, ਐਦਾਂ ਟੋਰ ਨਾਲ ਇੱਥੇ ਬੈਠੇ ਸੀਗੇ। ਚਲੋ ਫਿਰ ਲੋਬੀ, ਅੰਨੀ ਦੇ ਜਵਾਕੋ ਤੁਸੀਂ ਦੱਸੋ ਵੀ ਇੱਥੇ ਬੈਠਣ ਆਏ ਤੇ ਇੱਕ ਖੇਡਣ ਆਏ ਦੇ? ਅੰਨੀ ਦੇ ਜਵਾਕ ਨਾ ਹੋਣ ਤਾਂ, ਜੇ ਫਟ ਕੇ ਫਲਾਵਰ ਹੋਈ ਪਈ ਹੁੰਦੀ ਹੈ ਤੇ ਫਿਰ ਨਾ ਖੇਡਿਆ ਕਰੋ ਸਾਲੇ। ਅੰਨੀ ਦੇ ਜਵਾਕ, ਆਹ ਦੇਖੋ ਗਾਇਸ ਸਾਹਮਣੇ ਘਾਹ ਜਿਹੇ ਦੇ ਵਿੱਚ ਪੱਲੀ ਵਿਛਾ ਕੇ ਪਿਆ। ਚੱਲ ਬੇਟਾ ਲੋਬੀ, ਭੈਣ ਦਿਆ ਵੀਰਾ ਇੱਥੇ ਪੱਲੀ ਦੇ ਤੇਲ ਲੈ ਕੇ ਲੰਮੇ ਪਿਆ, ਕੀ ਗੱਲ ਕੋਈ ਤੇਲ ਮਲਣ ਵਾਲਾ ਹੈ ਨਹੀਂ ਸੀ ਪਿਛਵਾੜੇ ਦੇ? ਚੱਲ ਕੋਈ ਨਾ, ਮਲਤਾ ਮੈਂ ਹੁਣ ਜਾ ਕੇ ਹੁਣ ਆਰਾਮ ਕਰੀ। ਲਓ ਗਾਇਸ ਇਹਦਾ ਵੀ ਆਪਾਂ ਢੂਆ ਕੁੱਟ ਕੇ ਦੂਰਾ ਕਰ ਦਿੱਤਾ ਵਾ, ਤੇ ਹੁਣ ਗਾਇਸ ਇੱਥੋਂ ਬੰਦੇ ਹੋ ਗਿਆ ਖਤਮ, ਬੰਦੇ ਰਹਿ ਗਿਆ 2। ਚਲੋ ਵੀ ਹੁਣ ਆਪਾਂ ਚੱਲਦੇ ਹਾਂ ਵਾਵਰੋਲਾ ਜਾਂ ਬਣ ਕੇ। ਦੇਖੋ ਸਾਹਮਣੇ ਵਾਲੀ ਸਾਈਡ ਤੇ ਲੱਗਦਾ ਵਾ ਬੰਦਾ, ਉਹ ਦੇਖੋ ਗਾਈ ਸਾਹਮਣੇ ਭੱਜਾ ਜਾਂਦਾ। ਚਲੋ ਕੋਈ ਨਾ, ਇਹਦਾ ਵੀ ਆਪਾਂ ਕੁੱਟ ਕੁੱਟ ਕੇ ਪੁੜੇ ਲਾਲ ਕਰਾਂਗੇ ਨਹੀਂ ਦੇ ਜਵਾਕ ਦੇ। ਉਹ ਦੇਖਦੇ ਹਾਂ ਕਿੱਥੇ ਹੈ ਬੰਦਾ, ਆਹ ਦੇਖੋ ਗਾਈ ਇੱਥੇ ਆ। ਚਲੋ ਆਪਾਂ ਸਿੱਟਦੇ ਹਾਂ ਬੰਬ, ਆਹ ਕੱਢਿਆ ਆਪਾਂ ਬੰਬ, ਉਹ ਲੱਗਦਾ ਇਹ ਤਾਂ ਗਾਈਸ ਆਪਾਂ ਚਮਕਾਰਾ ਹੀ ਸਿੱਟ ਬੈਠੇ ਆ। ਚਲੋ ਕੋਈ ਚੱਕਰ ਨਹੀਂ, ਚੱਲਦੇ ਹਾਂ ਸਿੱਧਾ ਹੀ ਰਸ਼ ਕਰਨੇ ਆ। ਮੈਂ ਹੁਣ ਜਲਦੀ ਜਲਦੀ ਹੈਲਥ ਲਾ ਲੈਣਾ, ਫਿਰ ਇਹਨਾਂ ਨੂੰ ਨਾਨੀ ਯਾਦ ਕਰਵਾਉਣਾ ਵਾ। ਚਲ ਬੇਟਾ ਲੋਬੀ, ਭੈਣ ਦਿਆ ਵੀਰਾ ਤੂੰ ਸਾਨੂੰ ਨਾਨੀ ਯਾਦ ਕਰਵਾਏਗਾ? ਉਹ ਭੈਣ ਦੀ ਸ੍ਰੀ, ਲੱਗਦਾ 4 ਨੰਬਰ ਨੂੰ ਕਿਸੇ ਨੇ ਕਰਵਾਤੀ ਯਾਦ। ਚਲੋ ਕੋਈ ਚੱਕਰ ਨਹੀਂ, ਦੇਖਦੇ ਹਾਂ ਕਿਹੜਾ ਭੈਣ ਦਾ ਵੀਰ। ਤੋ ਆਪਾਂ ਇਹਨਾਂ ਨੂੰ ਕਵਰ ਦਿਆਂਗੇ ਕਿਉਂਕਿ ਆਪਣੇ ਹੁੰਦੇ ਇਹਨਾਂ ਨੂੰ ਕੋਈ ਵੀ ਨਹੀਂ ਮਾਰ ਸਕਦਾ। ਉਹ ਭੈਣ ਦੀ ਸ੍ਰੀ, ਮਾਰ ਗਿਆ ਕੋਈ, ਆਪਾਂ ਕਵਰ ਦੇਣਾ ਸੀ ਤੇ ਸਾਲੇ ਨੇ ਕਵਰਾਂ ਜੀ ਪਹੁੰਚਾ ਤਾ। ਚਲੋ ਕੋਈ ਨਾ, ਦੇਖੋ ਸਾਹਮਣੇ ਵਾਲੇ ਘਰ ਜੇ ਵੱਲ ਬੰਦਾ ਵਾ, ਆਹ ਸਾਹਮਣੇ ਭੈਣ ਦਿਆ ਵੀਰਾ। ਲਓ ਵੀ ਗਾਈਸ ਇਹ ਤਾਂ ਉੱਥੋਂ ਹਨੇਰੀ ਹੋਣ ਲੱਗਾ ਵਾ, ਭੈਣ ਦਾ ਵੀਰ ਜੋਨ 'ਚ ਹੋਣ ਲੱਗਾ। ਚਲੋ ਆਪਾਂ ਵੀ ਜੋਨ 'ਚ ਚੱਲਦੇ ਹਾਂ। ਦੇਖੋ ਭੈਣ ਦਾ ਵੀਰ ਕਿੱਦਾਂ ਪਕਾਨੇ ਜੇ ਬਣਾ ਕੇ ਆ ਰਿਹਾ, ਖੜ ਜਾ ਭੈਣ ਦਿਆ ਵੀਰਾ, ਤੇਰੇ ਪਕਾਨਿਆਂ ਦਾ ਪਟਾਕਾ ਤਾਂ ਮੈਂ ਪਾਉਣਾ ਵਾ। ਬਚ ਗਿਆ ਗਾਈਸ ਇਹਦਾ, ਵੈ ਮੈਂ ਸਪਰੇ ਧੂਰ 'ਚ ਟੱਟੂ ਡਾਉਣ ਵਾਲੀ ਕੀਤੀ ਸੀ। ਚਲੋ ਕੋਈ ਚੱਕਰ ਨਹੀਂ, ਆਪਾਂ ਹੁਣੇ ਵਾਵਰੋਲਾ ਜਾਂ ਬਣ ਕੇ ਜਾਵਾਂਗੇ ਤੇ ਇਹ ਸਾਲੇ ਦਾ ਗੂੰ ਕੱਢਾਂਗੇ ਨਹੀਂ ਤੇ ਜਵਾਕ ਦਾ। ਉਹ ਭੈਣ 'ਚ ਦਾ ਬੈ ਨੂੰ ਨਹੀਂ ਕਿਹਾ, ਖੜਾ ਹੋ ਜਾ ਵਾਵਰੋਲਾ ਬੰਨਾ। ਤੇ ਇਹ ਵੀ ਗਾਈਸ ਆਪਣੇ ਵਾਲਾ ਗੰਜਾ ਵੀ ਲੱਗਦਾ ਚੇਤਾ ਭੁੱਲ ਜਾਂਦਾ ਇਹਨੂੰ ਵੀ। ਉਹ ਲੈ ਉਹ ਭੈਣ ਦਿਆ ਵੀਰਾ, ਗੱਲ ਨਹੀਂ ਫੜਨੀ, ਤਰਸ਼ੂਲ ਫੜ, ਵਾਵਰੋਲਾ ਬੰਨਾ।
ਲਓ ਵੀ ਗਾਈਜ਼, ਆਪਣੇ ਗੰਜੇ 'ਤੇ ਵੀ ਲੱਗਦਾ ਜ਼ਿਆਦਾਸ਼ਤ ਕਮਜ਼ੋਰ ਹੈ, ਹੁਣ ਇਹ ਸਾਲਾ ਬਣ ਲੱਗਾ ਕਦੋਂ ਦਾ ਕਿਹਾ। ਤਾਂ ਲਓ ਗਾਈਜ਼, ਹੁਣ ਆਪਾਂ ਬਾਬਰੋਲਾ ਜਾਂ ਬਣ ਕੇ ਚੱਲਦੇ ਅੱਗੇ, ਤੋਂ ਦੇਖਦੇ ਹਾਂ ਕਿੱਥੇ ਹੈ ਭੈਣ ਦਾ ਵੀਰ। ਓਏ ਆ ਜਾ ਭੈਣ ਦਿਆ ਵੀਰਾ, ਸਾਹਮਣੇ ਕਿੱਥੇ ਲੁੱਕ ਗਿਆ? ਦੇਖੋ ਗਾਈਜ਼, ਮੈਨੂੰ ਲੱਗਦਾ ਆਹ ਸਾਲੀ ਪਿੱਛੇ ਕੰਧ ਜੀ ਦੇ ਓਲੇ ਲੁਕਿਆ। ਆ ਜਾ ਭੈਣ ਦਿਆ ਵੀਰਾ, ਆਹ ਦੇਖੋ ਸਾਲਿਆ, ਰੁਕ ਕਿੱਧਰ ਜਾਣਾ? ਉਹ ਰੁਕ ਜਾ, ਕਿੱਧਰ ਜਾਣਾ? ਆ ਜਾ ਆ ਜਾ ਜਾ। ਓਏ ਆ ਜਾ, ਭੱਜਣ ਦਾ ਕੋਈ ਫਾਇਦਾ ਨਹੀਂ, ਤੂੰ ਰਗੜਿਆ ਹੀ ਜਾਣਾ। ਲਓ ਗਾਈਜ਼, ਇਹਨੂੰ ਆਪਾਂ ਚੱਕ ਲਿਆ, ਹੁਣ ਆਪਾਂ ਇਹਨੂੰ ਗੋਲੀਆਂ ਨਾਲ ਮਾਰਾਂਗੇ ਭੈਣ ਦੇ ਵੀਰ ਨੂੰ। ਇਹ ਆਹ ਦੇਖੋ, ਚੱਲ ਭੈਣ ਦਿਆ ਲੱਕੜਿਆ। ਲਓ ਗਾਈਜ਼, ਇਸੇ ਨਾਲ ਹੀ ਆਪਣਾ ਹੋ ਗਿਆ ਚਿਕਨ। ਇਸੇ ਖੁਸ਼ੀ 'ਚ ਬੋਲੋ ਕੜਾ 'ਚ ਗੁੱਲਾ ਠਾ।